ਅੱਥ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ। ਜਦੋਂ ਵੀ ਕਦੇ ਗੱਲ ਤੁਰਦੀ ਹੈ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਵੇ ਤਾਂ ਅਫੀਮ ਖਾਣ ਵਾਲਿਆਂ ਦੇ ਚਿਹਰੇ ਖਿੜ ਜਾਂਦੇ ਨੇ ਕਿ ਯਾਰ ਲੈ ਹੁਣ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਸ਼ੁਰੂ ਹੋਊਗੀ। ਦੇਖੋ ਕਿ ਕਿੰਨੇ ਸਮੇਂ ਤੋਂ ਇਸ ਗੱਲ ਦੇ ਉੱਪਰ ਕਿੰਨੇ ਹੀ ਪੋਲੀਟੀਕਲ ਲੀਡਰ ਨੇ ਜਿਹੜੇ ਗੱਲ ਅੱਗੇ ਤੋਰਦੇ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਵੀ ਚਾਹੀਦੀ ਆ। ਜਦੋਂ ਤੁਹਾਡੇ ਯਾਦ ਹੋਊਗਾ ਪਿੱਛੇ ਜੇ ਵਿਧਾਨ ਸਭਾ ਦਾ ਸੈਸ਼ਨ ਬੈਠਿਆ ਸੀ ਤਾਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ MLA ਹੈਗੇ ਨੇ ਹਰਮੀਤ ਸਿੰਘ ਪਠਾਣਾ ਮਾਜਰਾ ਸਨੌਰ ਤੋਂ, ਉਹਨਾਂ ਨੇ ਇਹ ਮੰਗ ਵੀ ਰੱਖਤੀ ਸੀ ਫਲੋਰ ਦੇ ਉੱਪਰ ਕਿ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ। ਇਸ ਦੀ ਹਿਮਾਇਤ ਦੇ ਵਿੱਚ ਕਿੰਨੇ ਹੋਰ ਲੀਡਰਾਂ ਨੇ ਕਿਹਾ ਸੀ ਕਿ ਹਮੇ ਭਰੀ ਸੀ ਕਿ ਹਾਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ। ਅੱਜ ਆਪਾਂ ਇਹ ਕਿਉਂ ਗੱਲ ਕਰ ਰਹੇ ਹਾਂ ਦੋਸਤੋ, ਇਹ ਤੁਹਾਨੂੰ ਮੈਂ ਦੱਸੂੰਗਾ। ਪਰ ਜਿਹੜੇ ਦੋਸਤ ਨਵੇਂ ਆਏ ਨੇ ਉਹ ਸੱਥ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਕਿਉਂਕਿ ਜਦੋਂ ਅਸੀਂ ਕੋਈ ਵੀ ਜਿਹੜੀ ਇੱਕ ਖਬਰ ਹੈ ਤੁਹਾਡੇ ਨਾਲ ਸੰਬੰਧਿਤ ਖਬਰ ਹੈ ਉਸ ਖਬਰ ਨੂੰ ਤੁਹਾਡੇ ਤੱਕ ਲੈ ਕੇ ਆਵਾਂਗੇ, ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਖਬਰ ਪਹੁੰਚੂਗੀ। ਸੋ ਨਵੇਂ ਆਏ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ, ਕਿਉਂਕਿ ਆਪਾਂ ਨੇ ਚੈਨਲ ਇਹ ਸ਼ੁਰੂ ਕੀਤਾ, ਹੁਣ ਤੱਕ ਤੁਸੀਂ ਇਸ ਚੈਨਲ ਨੂੰ ਰੱਜਵਾਂ ਪਿਆਰ ਦਿੱਤਾ। ਅੱਗੇ ਵੀ ਅਸੀਂ ਤੁਹਾਡੇ ਤੱਕ ਵੀਡੀਓ ਅੱਗੇ ਵੀ ਅਸੀਂ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਉਂਦੇ ਰਹਾਂਗੇ ਅਲੱਗ ਅਲੱਗ ਵਿਸ਼ਿਆਂ ਦੇ ਉੱਪਰ, ਪੋਲੀਟਿਕਸ ਹੋਵੇ, ਧਰਮ ਹੋਵੇ ਜਾਂ ਕਰੰਟ ਅਫੇਅਰ ਹੋਣ, ਕੁਛ ਵੀ ਹੋਵੇ। ਤਾਂ ਤੁਸੀਂ ਦੇਖੋ ਦੋਸਤੋ ਕਿ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਜਿਹੜੇ 2014 ਦੇ ਵਿੱਚ MP ਬਣੇ ਸੀ, ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ, ਉਹ ਲਗਾਤਾਰ ਇਸ ਗੱਲ ਦੇ ਉੱਪਰ ਬੋਲਦੇ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ। ਉਹਨਾਂ ਨੇ ਚੰਡੀਗੜ੍ਹ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ, ਕਿੰਨੇ ਹੀ ਚੈਨਲਾਂ ਨੂੰ ਡਾਕਟਰ ਧਰਮਵੀਰ ਗਾਂਧੀ ਨੇ ਇੰਟਰਵਿਊਜ਼ ਦਿੱਤੀਆਂ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਨੂੰ ਮਾਨਤਾ ਮਿਲੇ, ਦੇਸ਼ ਦੇ ਵਿੱਚ ਖਸਖਸ ਦੀ ਖੇਤੀ ਹੋਵੇ। ਉਹਨਾਂ ਦਾ ਕਹਿਣਾ ਕਿ ਜਿਹੜੇ ਸਿੰਥੈਟਿਕ ਨਸ਼ੇ ਹੈਗੇ ਨੇ, ਸਿੰਥੈਟਿਕ ਜਿਹੜੀ ਡਰੱਗ ਹੈਗੀ ਹੈ, ਹੀਰੋਇਨ ਹੈ, ਚਿੱਟਾ, ਸਮੈਕ ਹੈ, ਮੈਡੀਕਲ ਨਸ਼ੇ ਹੈਗੇ ਨੇ, ਗੋਲੀਆਂ, ਕੈਪਸੂਲ, ਇਹ ਜਿਹੜੇ ਸਾਰੇ ਨਸ਼ੇ ਹੈਗੇ ਨੇ, ਇਹਨਾਂ ਨਸ਼ਿਆਂ ਨੂੰ ਡਾਕਟਰ ਗਾਂਧੀ ਕਹਿੰਦੇ ਨੇ ਕਿ ਉਦੋਂ ਠੱਲ ਪੈ ਸਕਦੀ ਹੈ ਜਦੋਂ ਅਸੀਂ ਜਿਹੜੇ ਕੁਦਰਤੀ ਨਸ਼ੇ ਹੈਗੇ ਨੇ ਇਹਨਾਂ ਨਸ਼ਿਆਂ ਨੂੰ ਅਸੀਂ ਮਾਨਤਾ ਦੇ ਦਾਂਗੇ। ਅਲੱਗ ਅਲੱਗ ਦੁਨੀਆ ਦੀ ਉਦਾਹਰਣਾਂ ਵੀ ਦਿੰਦੇ ਨੇ ਡਾਕਟਰ ਗਾਂਧੀ। ਡਾਕਟਰ ਗਾਂਧੀ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ 42 ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਦੇਸ਼ਾਂ ਨੇ ਕੁਦਰਤੀ ਜਿਹੜੇ ਨਸ਼ੇ ਨੇ ਭੁੱਕੀ ਅਫੀਮ ਦੇ, ਉਹਨਾਂ ਨਸ਼ਿਆਂ ਦੇ ਉੱਪਰੋਂ ਮਾਨਤਾ ਦਿੱਤੀ, ਨਸ਼ਿਆਂ ਨੂੰ ਰੋਕ ਹਟਾਤੀ। ਯਾਨੀ ਕਿ ਦੁਨੀਆ ਦੇ 42 ਦੇਸ਼ਾਂ ਨੇ ਕੁਦਰਤੀ ਨਸ਼ੇ ਨੇ ਭੁੱਕੀ ਅਫੀਮ ਉਹਨਾਂ ਦੇ ਉੱਪਰੋਂ ਰੋਕ ਹਟਾਤੀ, ਉਹਨਾਂ ਨੂੰ ਮਾਨਤਾ ਦਿੱਤੀ। ਡਾਕਟਰ ਧਰਮਵੀਰ ਇਹ ਗੱਲ ਉਠਾਉਂਦੇ ਨੇ ਕਿ ਪੰਜਾਬ ਦੇ ਵਿੱਚ ਆਖਰ ਕਿਉਂ ਨਹੀਂ। ਪਿਛਲੇ ਦਿਨ ਵੀ ਡਾਕਟਰ ਧਰਮਵੀਰ ਗਾਂਧੀ ਨੇ ਇਹ ਬਿਆਨ ਦਿੱਤਾ। ਹੁਣ ਤੁਹਾਨੂੰ ਪਤਾ ਕਿ ਕਾਂਗਰਸ ਦੇ ਵਿੱਚ ਸ਼ਾਮਲ ਨੇ ਡਾਕਟਰ ਧਰਮਵੀਰ ਗਾਂਧੀ, ਪਟਿਆਲਾ ਤੋਂ ਲੋਕ ਸਭਾ ਦੇ ਉਮੀਦਵਾਰ ਨੇ, ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕਰ ਰਹੇ ਨੇ। ਅਤੇ ਹੁਣ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਪ੍ਰਚਾਰ ਦੌਰਾਨ ਇਹ ਗੱਲਾਂ ਰੱਖੀਆਂ ਨੇ ਕਿ ਪੰਜਾਬ ਦੇ ਵਿੱਚ ਖਸਖਸ ਦੀ ਦੋਸਤੋ ਖੇਤੀ ਹੋਣੀ ਚਾਹੀਦੀ ਆ। ਜੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕਿ ਖਸਖਸ ਦੀ ਖੇਤੀ ਹੋਊਗੀ ਤਾਂ ਅਸੀਂ ਜਿਹੜੀ ਸਾਡੀ ਪੀੜ੍ਹੀ ਦਾ ਕਤਲੇਆਮ ਹੋ ਰਿਹਾ ਨਸ਼ਿਆਂ ਦੇ ਰਾਹੀਂ, ਅਸੀਂ ਉਸ ਨੂੰ ਬਚਾ ਸਕਦੇ ਹਾਂ, ਅਸੀਂ ਨੌਜਵਾਨਾਂ ਨੂੰ ਬਚਾ ਸਕਦੇ ਹਾਂ। ਇਹ ਡਾਕਟਰ ਗਾਂਧੀ ਦਾ ਜਿਹੜਾ ਵਿਊ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਹਾਂ, ਜਾਂ ਜਿਹੜੇ ਲੋਕ ਹੋਰ ਇਸ ਗੱਲ ਦੀ ਹਿਮਾਇਤ ਕਰਦੇ ਨੇ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਵੇ, ਉਹਨਾਂ ਦੇ ਜਿਹੜੇ ਇਹਦੇ 'ਤੇ ਵਿਚਾਰ ਨੇ ਮੈਂ ਤੁਹਾਡੇ ਨਾਲ ਉਹ ਸਾਂਝੇ ਕਰ ਰਿਹਾ। ਹਾਲਾਂਕਿ ਕੁਛ ਇੰਟਲੈਕਚੁਅਲ ਹੈਗੇ ਨੇ ਜੋ ਇਸ ਗੱਲ ਦੇ ਨਾਲ ਸਹਿਮਤ ਨਹੀਂ ਦੋਸਤੋ ਹੈਗੇ, ਪਰ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਨੇ ਕਿ ਜੇਕਰ ਅਸੀਂ ਬਚਾਉਣਾ ਪੰਜਾਬ ਨੂੰ ਨਸ਼ਿਆਂ ਤੋਂ ਤਾਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ। ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ? ਤੁਸੀਂ ਇਸ ਗੱਲ ਲਈ ਸਾਨੂੰ ਜਿਹੜੀ ਫੀਡਬੈਕ ਹੈ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ।